ਦੇਖ ਰਹੇ ਹੋ ਡੈਰੀਕਸਾ ਟੀਵੀ ਮੈਂ ਹਾਂ ਸੰਦੀਪ ਸ਼ਰਮਾ ਪੰਜਾਬ ਦੀ ਮਾਸਕਾਰ ਦੁਆਰਾ ਪ੍ਰਾਲੀ ਨੂੰ ਬਚਾਉਣ ਵਾਸਤੇ ਕੀਤੇ ਜਾ ਰਹੇ ਜਿਹੜੇ ਉਪਰਾਲੇ ਦਾ ਉਹਦਾ ਨਤੀਜੇ ਹੁਣ ਤੁਹਾਡੇ ਸਾਹਮਣੇ ਨਜ਼ਰ ਆ ਰਹੇ ਕਿਉਂਕਿ 2020 ਦੇ ਵਿੱਚ ਤਕਰੀਬਨ ਸਾਢੇ 75000 ਪ੍ਰਾਲੀ ਨੂੰ ਜਲਾਉਣ ਦੇ ਮਾਮਲੇ ਸੀ ਉਸੇ 2021 ਸਾਲ ਦੇ ਵਿੱਚ ਤਕਰੀਬਨ ਸਾਢੇ 70000 ਮਾਮਲੇ ਆਏ ਜਦਕਿ 2022 ਦੇ ਵਿੱਚ ਇਸ ਟਾਈਮ ਜਿਹੜੇ ਹਾਲਾਤ ਪ੍ਰਾਲੀ ਜਾਣ ਦੇ ਹਾਲਾਤ ਹੈਗੇ ਉਹ ਤਕਰੀਬਨ ਤਕਰੀਬਨ 59000 ਮਾਮਲੇ ਆਏ ਜੋ ਕਿ ਪਿਛਲੇ 2 ਸਾਲਾਂ ਤੋਂ ਤਕਰੀਬਨ 21% ਘਟੇਗੇ ਸੋ ਇਹ ਪੰਜਾਬ ਸਰਕਾਰ ਦੀ ਪਹਿਲ ਕਦਮੀ ਹੈਗੀ ਜਿਨ੍ਹਾਂ ਨੇ ਪਰਾਲੀ ਨੂੰ ਬਚਾਉਣ ਵਾਸਤੇ ਕਦਮ ਉਠਾਏਗੇ ਸੋ ਅੱਜ ਤੁਹਾਨੂੰ ਅਸੀਂ ਅੱਜ ਲੁਜਾਨਾ ਦੇ ਗਵਰਨਮੈਂਟ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੇ ਉਸ ਵਿਦਿਆਰਥੀ ਨਾਲ ਮਿਲਣ ਜਾ ਰਹੇ ਜਿਸ ਨੇ ਪਰਾਲੀ ਨੂੰ ਬਚਾਉਣ ਲਈ ਇੱਕ ਮਾਡਲ ਤਿਆਰ ਕੀਤਾ ਜੋ ਕਿ ਪੰਜਾਬ ਸਟੇਟ ਲੈਵਲ ਤੇ ਵੀ ਸਿਲੈਕਟ ਕੀਤਾ ਗਿਆ ਤੋ ਆਉਤਾ ਨੂੰ ਅੱਜ ਉਸ ਮਾਡਲ ਨਾਲ ਰੂਬਰੂ ਕਰਾਂ ਜਿਹੜਾ ਪੰਜਾਬ ਦੇ ਵਿੱਚ ਜਾਉਤਾ ਜਾ ਰਹੀ ਹੈ ਪਰਾਲੀ ਨੂੰ ਬਚਾਉਣ ਵਾਸਤੇ ਉਹ ਇਹ ਮਾਡਲ ਹੈਗਾ ਲੁਜਾਨਾ ਦੇ ਪੰਜਾਬ ਐਗਰੀਕਲਚਰ ਸਿਨੇ ਸਕੈਂਡਰੀ ਵਿਚ ਜਿਹੜਾ ਸਮਾਰਟ ਸਕੂਲ ਹੈ ਉਸ ਦਾ ਇੱਕ ਵਿਦਿਆਰਥੀ ਹੈਗਾ ਮਹਿਕਪ੍ਰੀਤ ਜਿਹਨੇ ਜਿਹੜਾ ਇਹ ਮਾਡਲ ਬਣਾਇਆ ਹੈਗਾ ਪਰਾਲੀ ਨੂੰ ਜਲਾਉਣ ਵਾਸਤੇ ਕਿਉਂਕਿ ਜਿਹੜਾ ਪੰਜਾਬ ਦੀ ਮਾਨਸਿਕਾ ਦੁਆਰਾ ਪਰਾਲੀ ਨੂੰ ਬਚਾਉਣ ਵਾਸਤੇ ਜਿਹੜੀ ਪਹਿਲ ਕਰਦੀ ਮੀ ਕੀਤੀ ਗਿਆ ਉਸ ਦਾ ਜਿਹੜਾ ਅਸਰ ਹੈ ਉਹ ਵਿਦਿਆਰਥੀ ਵੀ ਆਪਣਾ ਉਸ ਉਸੜੀ ਮੁਹਿੰਮ ਦੇ ਵਿੱਚ ਆਪਣਾ ਯੋਗਦਾਨ ਪਾਇਆ ਹੈਗਾ ਤੋਂ ਪੰਜਾਬ ਦੇ ਵਿੱਚ ਪਹਿਲਾ ਬੱਚਾ ਜਿਹੜਾ ਮਹਿਕਪ੍ਰੀਤ ਲੁਜਾਨਾ ਦਾ ਹੈਗਾ ਜਿਸ ਨੇ ਪਰਾਲੀ ਨੂੰ ਬਚਾਉਣ ਲਈ ਇਹ ਮਾਡਲ ਤਿਆਰ ਕੀਤਾ ਹੈ ਸੋ ਤੁਹਾਨੂੰ ਹੁਣ ਉਸ ਵਿਦਿਆਰਥੀ ਨਾਲ ਮਿਲਾਨ ਜਾ ਰਹੇ ਹੈਗੇ ਆ ਜਿਸ ਨੇ ਇਸ ਮਾਡਲ ਨੂੰ ਤਿਆਰ ਕੀਤਾ ਹੈਗਾ ਤੇ ਕਿੰਨੀ ਇਹਨੂੰ ਟਾਈਮ ਲੱਗਾ ਤੇ ਕੀ ਸੋਚੀ ਇਸ ਮਾਡਲ ਨੂੰ ਬਣਾਉਦੇ ਕੀ ਨਾਮ ਰਾਡਾ ਜੀ ਮਹਿਕਪ੍ਰੀਤ ਸਰ ਕਿੰબી ਕਲਾਸ ਪੜਦੇ ਹੋ 10th ਸਰ ਕਿਹੜੇ ਸਕੂਲ ਗਵਰਨਮੈਂਟ ਸੀਨੀਅਰ ਕੰਟਰੀ ਸਮਾਰਟ ਸਕੂਲ ਕਿਹੜਾ ਮਾਡਲ ਤੁਸੀਂ ਤਿਆਰ ਕੀਤਾ ਹੈ ਸਰ ਆਪ ਆਪਣਾ ਰਾਈਸਟਾਕ ਪੋਲੂਸ਼ਨ ਟੂ ਪਾਵਰ ਜਿਵੇਂ ਤੁਹਾਨੂੰ ਪਤਾ ਹੀ ਆ ਅੱਜਕੱਲ੍ਹ ਰਾਈਸ ਪੋਲੂਸ਼ਨ ਕਿੰਨਾ ਹੋ ਰਿਹਾ ਜਿਹੜਾ ਪ੍ਰਾਲੀ ਜਲਾਣ ਨਾਲ ਆਪਾਂ ਉਹ ਪੂਰਾ ਮੈਨੂਫੈਕਚਰ ਕਰ ਰਹੇ ਆ ਪ੍ਰੋਡਿਊਸ ਕਰ ਰਹੇ ਆ ਜਿੰਨਾ ਸਭ ਤੋਂ ਪਹਿਲਾਂ ਤਾਂ ਆਪਾਂ ਇਲੈਕਟ੍ਰਿਸਿਟੀ ਪ੍ਰੋਡਿਊਸ ਕਰ ਰਹੇ ਆ ਉਤੋਂ ਵੀ ਜਿਹੜਾ ਵੇਸਟ ਆ ਰਿਹਾ ਉਹਨੂੰ ਆਪਾਂ ਫਰਟੀਲਾਈਜ਼ਰ ਚ ਕਰ ਰਹੇ ਆ ਹੈ ਉਸ ਤੋਂ ਬਾਅਦ ਜਿਹੜੀ ਉਹਨੂੰ ਜਿਹੜੀ ਇਲੈਕਟ੍ਰਿਸਿਟੀ ਬਚ ਰਹੀ ਆ ਉਹਨੂੰ ਆਪਾਂ ਨੀਅਰ ਬਾਏ ਵਿਲੇजेस 'ਚ ਵੀ ਕਰ ਸਕਦੇ ਆ ਕਨਵਰਟ ਹੈ ਉਸ ਤੋਂ ਬਾਅਦ ਆਪਾਂ ਬਣਾ ਰਹੇ ਆ ਇਥਨੋਲ ਜਿਵੇਂ ਹੋਣ ਜਿਹੜੇ ਰੀਨੇਬਲ ਰਿਸੋਰਸ ਹੈ ਪੈਟਰੋਲ ਹੋ ਗਿਆ ਕੋਲ ਹੋ ਗਿਆ ਖਤਮ ਹੋ ਰਿਹਾ ਉਹਨਾਂ ਨੂੰ ਬਚਾਣ ਲਈ ਆਪਾਂ ਬਾਇਓਫਿਊਲ ਬਣਾਇਆ ਹੋਇਆ ਜਿਹਨਾਂ ਟ੍ਰੀਟਮੈਂਟ ਕੀਤੇ ਆ ਐਸਿਡਿਕ ਐ ਜਿਹਦੇ ਚ ਟ੍ਰੀਟਮੈਂਟ ਕਰਨ ਤੋਂ ਬਾਅਦ ਆਪਾਂ ਡਿਸਟਿਲੇਸ਼ਨ ਵੀ ਕੀਤੀ ਹੈ ਜਿੰਨਾ ਸਾਰਾ ਇੰਪਿਉਰਿਟੀਆਂ ਵੀ ਅਲੱਗ ਹੋ ਜਾਣਗੀਆਂ ਤੇ ਪਿਓਰ ਫਿਊਲ ਸਾਡੇ ਕੋਲ ਆ ਜਾਊਗਾ ਹਾਂ ਸਰ ਉਸ ਤੋਂ ਬਾਅਦ ਆਪਾਂ ਪੋਲਟਰੀ ਫਾਰਮਿੰਗ ਚ ਵੀ ਯੂਜ਼ ਕਰ ਸਕਦੇ ਆ ਇਹਨੂੰ ਇਹ ਜਿਹੜੀ ਹੈਗੇ ਮੁਰਗੀਆਂ ਨੂੰ ਵਧੀਆ ਕੰਡੀਸ਼ਨ ਦੇਊਗੀ ਹੈਲਥ ਵੀ ਵਧੀਆ ਰੱਖੂਗੀ ਉਹਨਾਂ ਦੀ ਔਰ ਉਸ ਤੋਂ ਬਾਅਦ ਹੈਗੇ ਸਰ ਆ ਬ੍ਰਿਕਟਸ ਸਰ ਜਿਵੇਂ ਤਾਂ ਤੁਸੀਂ ਗੱਲ ਪਹਿਲਾਂ ਗੱਲ ਕੀਤੀ ਹੈ ਵੀ ਮੁਰਗੀਆਂ ਜਿਹੜਾ ਪਾਵਾਂਗੇ ਇਹ ਮਾਸਕਾਰਨ ਵੀ ਕਿਤੇ ਜਿਹੜੀ ਆਪਣੀ ਜਿਹੜੀ ਪ੍ਰਾਲੀ ਹੈਗੀ ਆ ਉਹਨੂੰ ਕੇਰਲ ਵਿੱਚ ਭੇਜਣ ਦੀ ਨਿਰਯਾਤ ਕਰਨ ਦੀ ਵੀ ਆਪਾਂ ਨੂੰ ਅਪੀਲ ਕੀਤੀ ਸਾਰੇ ਮਨ ਜਿੰਨੇ ਵੀ ادارے ਹੈਗੇ ਸਰਕਾਰੀ ਹੈ ਜਾਂ ਪ੍ਰਾਈਵੇਟ ਹੈ ਇੱਥੋਂ ਤੱਕ ਕਿ ਕਿਸਾਨਾਂ ਨੂੰ ਵੀ ਕਿਹਾ ਗਿਆ ਵੀ ਆਪਣੀ ਜਿਹੜੀ ਪਲਾਲੀ ਨੂੰ ਜਲਾਓ ਨਾ ਉਹਨੂੰ ਕੇਲ ਦਾ ਕੇਰਲਾ ਵਿੱਚ ਭੇਜਿਓ ਉਹਨੀਆਂ ਤੁਹਾਨੂੰ ਪੈਸੇ ਵੀ ਮਿਲੂਗੇ ਔਰ ਤੁਹਾਡਾ ਇੱਕ ਪਲਾਲੀ ਧੰਨ ਬਣੂਗਾ ਹਾਂਜੀ ਸਰ ਅਮੇ ਕਹਿਆ ਗਿਆ ਪਹਿਸਰ ਆਪਾਂ ਵੀ ਮੈਂ ਵੀ ਉਹੀ ਦਿਖਾਇਆ ਵਾ ਆਪਣੇ ਯੂਸਟ ਡਿਫਰੈਂਟ ਯੂਸਿਸ ਦਿਖਾਇਆ ਉਸ ਤੋਂ ਬਾਅਦ ਸਰ ਜਿਵੇਂ ਤੁਹਾਨੂੰ ਕੋਲ ਪਤਾ ਵਾ ਕਿ ਨਾ ਉਹਦੀ ਕਲੋਰੀਫਿਕ ਵੈਲਿਊ ਘਟ ਗਈ ਜਿਹੜੀ ਆਪੇ ਬਣਾਈ ਹੈ ਬ੍ਰਿਕਟਸ ਇਹਦੀ ਕਲੋਰੀਫਿਕ ਵੈਲਿਊ ਵੀ ਜ਼ਿਆਦਾ ਹੈ ਇਹ 8 ਘੰਟੇ ਤੱਕ ਰੈਗੂਲਰ ਬਨ ਕਰ ਸਕਦੀ ਹੈ ਵਿਦਾਊਟ ਇੰਟੈਂਡੈਂਸੀ ਉਸ ਤੋਂ ਬਾਅਦ ਇਹ ਮਸ਼ਰੂਮ ਫਾਰਮਿੰਗ ਚ ਵੀ ਯੂਜ਼ ਹੁੰਦਾ ਹੈ ਜਿਹਦਾ ਚਾਹਿਆ ਇਹਨੂੰ ਟੈਂਪਰੇਚਰ ਵੀ ਪ੍ਰੋਵਾਈਡ ਕਰੇਗਾ ਨਾਲ ਨਿਊਟ੍ਰੀਸ਼ਨ ਵੀ ਪ੍ਰੋਵਾਈਡ ਕਰਦਾ ਵਾ ਪਰ ਉਸ ਤੋਂ ਬਾਅਦ ਸਰ ਤੁਸੀਂ ਦੇਖੋ ਇਹਦੀ ਟੈਂਡੈਂਸੀ ਬਹੁਤ ਜ਼ਿਆਦਾ ਹੈ ਇਹ ਜ਼ਿਆਦਾ ਬਨ ਕਰ ਸਕਦਾ ਹੈ ਇੱਕ ਕੀ ਤੁਹਾਡੀ ਸੋਚ ਆਈ ਵੀ ਆਪਾਂ ਮੈਂ ਆਹੀ ਮਾਡਲ ਤਿਆਰ ਕਰਨਾ ਕੁਝ ਹੋਰ ਵੀ ਮਾਡਲ ਤੁਸੀਂ ਤਿਆਰ ਕਰ ਸਕਦੇ ਬੱਚੇ ਨੇ ਹੋ ਵੀ ਕੀਤੇ ਸੀ ਤੁਸੀਂ ਪਰਟੀਕੂਲਰ ਇਹ ਮਾਡਲ ਕਿਉਂ ਚੁਣੇ ਚੂਸ ਕੀਤੀ ਸਰ ਪੋਲੂਸ਼ਨ ਜ਼ਿਆਦਾ ਹੋ ਰਿਹਾ ਸਰ ਕਰੰਟ ਵਿੱਚ ਵੀ ਹੈਗਾ ਕਿ ਆਪਾਂ ਪ੍ਰਾਲੀ ਨੂੰ ਕਿਵੇਂ ਕਰ ਸਕੀਏ ਪ੍ਰੋਸੈਸ ਤਾਂ ਤੇ ਕਿੰਨਾ ਕੁ ਟਾਈਮ ਲੱਗਾ ਤੁਹਾਨੂੰ ਇਸ ਮਾਡਲ ਨੂੰ ਤਿਆਰ ਕਰਨ ਵਾਸਤੇ ਔਰ ਕਿਹੜੇ ਕਿਹੜਾ ਟੀਚਰ ਨੇ ਮਦਦ ਕੀਤੀ ਸਰ ਇਹਨੂੰ 3 ਟੂ 4 ਡੇਸ ਲੱਗੇ ਸੀ ਮੇਰੇ ਗਾਈ ਟੀਚਰ ਇੰਚਾਰਜਾ ਜੋ ਬੀਤਾ ਬ੍ਰਿਤਾ ਅਗਰਵਾਲ ਉਹਨਾਂ ਨੇ ਹੈਲਪ ਕੀਤੀ ਸੀ ਜੀ ਚਲੋ ਮੈਂ ਤਾਂ ਕੋ ਵਾਪਸ ਆਣਾ ਪਹਿਲਾਂ ਮੈਂ ਮੈਡਮ ਕੀ ਨਾਮ ਮੈਡਮ ਦਾ ਹਾਂ ਮੇਰਾ ਬਬੀਤਾ ਗਰਵਾਲ ਮੈਂ ਸਾਇੰਸ ਟੀਚਰ ਹਾਂ ਪੀਏ ਸਕੂਲ ਚ ਹਾਂਜੀ ਮੈਡਮ ਕਿਸ ਤਰ੍ਹਾਂ ਬੱਚੇ ਨੇ ਕਿਸ ਤਰ੍ਹਾਂ ਤੁਹਾਨੂੰ ਪਹਿਲਾਂ ਅਪਰੋਚ ਕੀਤੀ ਸੀ ਵੀ ਮੈਂ ਇਹ ਮਾਡਲ ਤਿਆਰ ਕਰਨਾ ਕਿ ਪਹਿਲਾਂ ਸੋਚਿਆ ਤੁਸੀਂ ਸੋਚਿਆ ਮੈਂ ਸੋਚਿਆ ਸੀ ਕਿ ਵੀ ਇੰਨਾ ਜ਼ਿਆਦਾ ਪੋਲੂਸ਼ਨ ਹੋ ਰਿਹਾ ਤਾਂ ਕਿਸ ਤਰ੍ਹਾਂ ਅਸੀਂ ਬਚਾ ਸਕਦੇ ਹਾਂ ਤੇ ਫਿਰ ਮੈਂ ਸੋਚਿਆ ਵੀ ਪਰਾਲੀ ਨੂੰ ਕਿਸ ਤਰ੍ਹਾਂ ਆਪਾਂ ਡਿਫਰੈਂਟ ਯੂਜ਼ ਕਰ ਸਕਦੇ ਹਾਂ ਕਿਉਂਕਿ ਅੱਜ ਕੱਲ ਅਵੇਅਰਨੈਸ ਦੀ ਬਹੁਤ ਕਮੀ ਹੈ ਕਿ ਮਤਲਬ ਸਾਰਿਆਂ ਨੂੰ ਪਤਾ ਹੈ ਬਸ ਜੇ ਮੈਂ ਸ਼ੋਅ ਕਰਿਆ ਕਿ ਵੀ ਅਸੀਂ ਇਸ ਤਰ੍ਹਾਂ ਦੇ ਡਿਫਰੈਂਟ ਯੂਜ਼ਸ ਬਾਏ ਲੋ ਕਾਸਟ ਅਸੀਂ ਪਰਾਲੀ ਨੂੰ ਬਚਾ ਸਕਦੇ ਹਾਂ ਇਹਦਾ ਮੇਨ ਸਭ ਤੋਂ ਇੰਪੋਰਟੈਂਟ ਜਿਹੜਾ ਬ੍ਰਿਕੇਟਸ ਜਿਵੇਂ ਤੁਸੀਂ ਕਹ ਰਹੇ ਸੀ ਨਾ ਕੇਰਲਾ ਵਿੱਚ ਅਸੀਂ ਟਰਾਂਸਪੋਰਟਸ ਕਰ ਸਕਦੇ ਹਾਂ ਬਲਚੇ ਟਰਾਂਸਪੋਰਟ ਕਰਨਾ ਬਹੁਤ ਮੁਸ਼ਕਿਲ ਹੈ ਤੇ ਬ੍ਰਿਕਟਸ ਜਿਹੜੀ ਬਣਾਈ ਐਜ਼ ਅ ਕੰਪਰੈਸਡ ਫਾਰਮ ਤੇ ਇਹਨੂੰ ਈਜ਼ੀਲੀ ਅਸੀਂ ਟਰਾਂਸਪੋਰਟ ਕਰ ਸਕਦੇ ਹਾਂ ਕਿਉਂਕਿ ਇਹ ਥੋੜਾ ਜਿਹਾ ਸਪੇਸ ਵੀ ਕਮ ਲੈਂਦੀ ਹੈ ਤੇ ਆਪਣਾ ਕੋਸਟ ਵੀ ਬਚ ਰਹੀ ਹੈ ਆਪਣੇ ਨਾ ਤਾਂ ਲੱਗ ਰਿਹਾ ਵੀ ਪੰਜਾਬ ਕਰ ਰਿਹਾ ਬੜਾ ਅੱਛਾ ਉਪਰਾਲਾ ਕਰ ਰਹੀ ਹੈ ਵੀ ਜਿਹੜੀ ਪਰਾਲੀ ਜਲਾਣ ਦੇ ਮਾਮਲੇ ਵੀ ਘਟੇ ਆ ਪਿਛਲੇ 2 ਸਾਲਾਂ ਤੋਂ ਔਰ ਹੁਣ ਵੀ ਜਿਹੜਾ ਇਹਨੂੰ ਪਰਾਲੀ ਨੂੰ ਜਲਾਣ ਤੋਂ ਬਜਾਏ ਉਹਨੂੰ ਨਿਰਯਾਤ ਕੀਤਾ ਜਾਵੇ ਆਪਣੇ ਦੇਸ਼ਾਂ ਦੇ ਵਿੱਚ ਬਿਲਕੁਲ ਬਿਲਕੁਲ ਗਵਰ ਇਨੂੰ ਮਤਲਬ ਟਰਾਂਸਪੋਰਟ ਕਰਦੋਂ ਬ੍ਰਿਕਟਸ ਇਜ਼ ਅ ਈਜ਼ੀ ਫਾਰਮ ਟੂ ਟਰਾਂਸਪੋਰਟ ਕਿਉਂਕਿ ਕੰਪਰੈਸਡ ਫਾਰਮ ਹੈ ਸੋ ਈਜ਼ੀਲੀ ਇਨੂੰ ਟਰਾਂਸਪੋਰਟ ਕਰ ਸਕਦੇ ਹਾਂ ਨਾ ਮੈਡਮ ਇੱਕ ਸੁਨਿਆ ਵੀ ਹੈ ਜਿਹੜਾ ਮਾਡਲ ਹੈ ਸਿਲੈਕਟ ਹੋਇਆ ਹੈ ਹਾਂ ਜੀ ਇਹ ਆਪਣਾ ਡਿਸਟ੍ਰਿਕਟ ਲੈਵਲ 'ਚ ਸਿਲੈਕਟ ਹੋਇਆ ਹੁਣ ਅਸੀਂ ਸਟੇਟ ਲੈਵਲ ਲਈ ਕੁਆਲੀਫਾਈਡ ਹੈ ਤੇ ਜਦੋਂ ਵੀ ਸਟੇਟ ਲੈਵਲ ਹੋਗਾ ਇਸ ਨੂੰ ਥੋੜਾ ਸਾ ਔਰ ਮੋਡੀਫਾਈਡ ਕਰਕੇ ਅਸੀਂ ਇਨੂੰ ਸਟੇਟ ਲੈਵਲ 'ਚ ਪਾਰਟਿਸਿਪੇਟ ਕਰਨਗੇ ਸੋ ਇਹ ਸਨ ਟੀਚਰ ਸਾਇੰਸ ਟੀਚਰ ਸਕੂਲ ਦੇ ਇਸ ਵਿਦਿਆਰਥੀਆਂ ਦੇ ਜਿਹੜੇ ਟੀਚਰ ਸੀ ਜਿਨ੍ਹਾਂ ਨੇ ਇਸ ਮ ਕਿਹੜੇ ਕਿਹੜੇ ਸਟੂਡੈਂਟ ਨੇ ਮਦਦ ਕੀਤੀ ਕਿ ਇਕੱਲੇ ਤੁਸੀਂ ਇਕੱਲੇ ਲੱਗੇ ਰਹੇ ਸਰ ਮੇਰੇ ਸਾਰੇ ਫਰੈਂਡਸ ਅੱਗੇ ਨਾਲ ਖੜੇ ਐ ਨਾ ਸਾਰਿਆਂ ਨੇ ਹੈਲਪ ਕੀਤੀ ਹੈ ਮੇਰੀ ਨਾਲੇ ਮੇਰੀ ਗਾਈ ਟੀਚਰ ਅੱਗੇ ਜਿਹੜੇ ਬਬੀਤਾ ਅਗਰਵਾਲ ਇਹਨਾਂ ਨੇ ਵੀ ਬਹੁਤ ਹੈਲਪ ਕੀਤੀ ਹੈ ਮੈਨੂੰ ਇਕੱਲ ਸਮੇਂ ਲੱਗੀ ਨਹੀਂ ਹੈ ਤੁਸੀਂ ਕਹੇ ਵੀ ਪ੍ਰੈਕਟੀਕਲ ਤੁਸੀਂ ਬੇਸ ਕੀਤਾ ਵੀ ਆਪਾਂ ਇਸੇ ਪ੍ਰਾਲੀ ਨੂੰ ਬਚਾਉਣ ਵਾਸਤੇ ਬਣਾਉਣਾ ਸੀ ਕੁਝ ਹੋਰ ਹੋਇਆ ਕਿ ਜਿਹੜਾ ਆਪਣਾ ਲੁਧਿਆਣਾ ਦਾ ਇੱਕ ਹੋਰ ਬੜਾ ਨਿਆ ਬੁੱਢਾ ਦਰਿਆ ਹੈਗਾ ਜਿਹੜਾ ਪਾਣੀ ਬੜਾ ਗੰਦਾ ਕਦੀ ਸੋਚਿਆ ਵੀ ਆਪਾਂ ਉਹਨੂੰ ਵੀ ਕਿੱਥੇ ਕੁਝ ਤਿਆਰ ਕਰੀਏ ਉਹਨੂੰ ਜਿਹੜਾ ਪਾਣੀ ਆ ਨੂੰ ਬੁੱਢਾ ਦਰਿਆ ਤੋਂ ਆਪ ਹਾਂਜੀ ਸਰ ਐਵੇਂ ਵੀ ਕਾਰ ਅਭੀ ਹੱਲੇ ਉਹ ਵੀ ਮਾਡਲ ਆਇਆ ਸੀਗਾ ਪਰ ਇਹ ਜਿਹੜਾ ਹੈਗਾ ਕਾਰਨਟੀ ਉਸ ਪੋਲੂਸ਼ਨ ਜ਼ਿਆਦਾ ਹੋ ਰਿਹਾ ਤੇ ਜਿਹੜਾ এনवायरमेंट ਨੂੰ ਸਭ ਤੋਂ ਜ਼ਿਆਦਾ ਇਫੈਕਟ ਕਰ ਰਿਹਾ ਪਰਾਲੀ ਉਹਨੂੰ ਆਪਾਂ ਪ੍ਰੋਸੈਸ ਕਰ ਰਹੇ ਹਾਂ ਜ਼ਿਆਦਾ ਵਧੀਆ ਲੱਗਿਆ ਮੈਨੂੰ ਤਾਂ ਤਾਂ ਮੈਂ ਆਈਡੀਆ ਨੂੰ ਅਪਰੋਚ ਕੀਤਾ ਅ ਬੜਾ ਅੱਛਾ ਮਾਡਲ ਹੈ ਸਟੜਾ ਮਾਡਲ ਵੀ ਸਿਲੈਕਟ ਹੋਇਆ ਅ ਕੀ ਬੰਨਣਾ ਚਾਹੁੰਦੇ ਹੋਗੇ ਤੁਸੀਂ ਫਿਰ ਐਜ਼ ਅ ਇੰਜੀਨੀਅਰਿੰਗ ਇੰਜੀਨੀਅਰ ਬਣਨਾ ਹੈ ਸਰ ਅ ਹੋਰ ਮੇਰੇ ਨਾਲ ਸਟੂਡੈਂਟ ਖੜੇ ਹੈ ਮੈਂ ਉਹਨਾਂ ਵੀ ਗੱਲ ਕਰਨਾ ਚਾਹਾਂਗਾ ਬੱਚਾ कितनी इस मॉडल कितना टाइम दिता है इस मॉडल में बनाने वास्ते सर इसमें टाइम लग गया है फोर टू फाइव डेज मैक्सिमम लग गए हैं संडे भी लगाया था हमने इसमें हमारे सारे दोस्त मिलके इधर हमने दिमाग मतलब मैडम ने बहुत हमें गाइड किया कि इसको कैसे मॉडिफाइड करें कैसे इसको हम आगे मतलब उसमें हम क्या चीज़ करेंगे सब अट्रैक्ट करें इसमें हमको कि फ्यूल कैसे बन रहा है किधर आगे क्या प्रोसेस होगा पेट्रोल में कितना पेट्रोल में कितना परसेंट हम मिलाएंगे कितना हमको बताएँगे तो आगे हमारा रीन्यूएबल रिसोर्स जो हमारे यहाँ वो भी नॉन रिनेबल खत्म हो रहे हैं जो नहीं दोबारा आ सकते तो हम ये, ये बायोफ्यूल है जो हमारा रिनेबल है हम दोबारा बना सकते हैं इसलिए हम इसको पेट्रोल में भी मिलाएंगे तो हमारा ट्वेंटी परसेंट हमारा पेट्रोल भी बचेगा तो इस करके हमने बेस इसी पे बनाया था। आ, बड़ी तक काम है और बड़ा अच्छा मॉडल तैयार हो लग रहा सरकार का भी नतीजा भी तो प्रेरणा लीती हाँ जीकार तो ने भी पराली जलाके ਲਗ ਰਹੇ ਵੀ ਪਿੰਡਾਂ 'ਚ ਹਜੇ ਲੋਕੀ ਕੁਝ ਕਿਸਾਨ ਹੈਗੇ ਹਜੇ ਜਾਗਰੂਕ ਨਹੀਂ ਹੋ ਰਹੇ ਕਾਰਨ ਕੀ ਹੈ ਸਰ ਨਹੀਂ ਹੋ ਰਹੇ ਉਹਨਾਂ ਨੂੰ ਹਜੇ ਇਹ ਲੱਗ ਰਹੇ ਵੀ ਪ੍ਰਾਣੀ ਜਲਾਣਾ ਸਹੀ ਹੈ ਪਰ ਅਸੀਂ ਹੁਣ ਮਾਡਲ ਤਿਆਰ ਕੀਤਾ ਹੈ ਇਹਨਾਂ ਲੋ ਜਾਗਰੂਤ ਹੋਗੇ ਤੇ ਅੱਗੇ ਪ੍ਰੋਸੈਸ ਭੇਜੋਗੇ ਪਰਾਲੀ ਪ੍ਰਾਲੀ ਨੂੰ ਕਿਉਂ ਕਿਉਂ ਜਲਾਉਂਦੇ ਕਿਉਂ ਜਿਆਦਾ ਜਲਾਉਂਦੇ ਕਿਉਂ ਹੈ ਵੀ ਜਲਾਣਾ ਹੀ ਸਮੇਂ ਕਿਸਾਨਾਂ ਦੇ ਵੀ ਪ੍ਰਾਲੀ ਜਲਾ ਕੇ ਸਾਡੀ ਖੇਤ ਦੀ ਜਿਹੜੀ ਉਪਜਾਈ ਮੇਟੜੇ ਸਹੀ ਸਹੀ ਹੋ ਕਿਉਂ ਕਿ ਕਿਉਂਕਿ ਸਰ ਹੁਣ ਕੀ ਚਲੋ ਚਲੋ ਇਸ ਟਾਈਮ ਇਹ ਜਿਹੜਾ ਬੱਚਾ ਸਕੂਲ ਦਾ ਸੀ ਜਿਹੜਾ 10ਵੀਂ ਦਾ ਬੱਚਾ ਆ ਮਹਿਕ ਪ੍ਰੀਤ ਸਿੰਘ ਜਿਹੜਾ ਇਹ ਮਾਡਲ ਸਿਲੈਕਟ ਕੀਤਾ ਆ ਪ੍ਰਾਲੀ ਨੂੰ ਬਚਾਉਣ ਵਾਸਤੇ ਤੋਂ ਮੈਨਾਂ ਐਸ ਟਾਈਮ ਮੌਜੂਦ ਹੈ ਸਕੂਲ ਦੇ ਪ੍ਰਿੰਸੀਪਲ ਉਹਨਾਂ ਨਾਲ ਵੀ ਗੱਲਬਾਤ ਕਰਨਾ ਚਾਹਾਂਗਾ ਕਿਸ ਤਰ੍ਹਾਂ ਦੀ ਮਿਹਨਤ ਕੀਤੀ ਗਈ ਬੱਚੇ ਨੇ ਔਰ ਕਿ ਕਿੰਨਾ ਟਾਈਮ ਲੱਗਾ ਸੀ ਔਰ ਮਾਡਲ ਸਿਲੈਕਟ ਹੋਇਆ ਕਿ ਮੈਡਮ ਵੈਲਕਮ ਰਡਰ ਡੈਨਿਕਸ ਫਲਾ ਟੀਵੀ ਦੇ ਵਿੱਚ ਥੈਂਕ ਯੂ ਸੋ ਮੱਚ ਮੈਡਮ ਟੜੇ ਸਕੂਲ ਦਾ ਇੱਕ ਬੱਚਾ ਦਸਵੀਂ ਦਾ ਮਾਡਲ ਸਿਲੈਕਟ ਕੀਤਾ ਗਿਆ ਪੰਜਾਬ ਸਰਕਾਰ ਦਾ ਵੀ ਬੜਾ ਅੱਛੇ ਜਿਹੜਾ ਇਨੀਸ਼ੀਅਲ ਦਿੱਤਾ ਸੀ ਪਲਾਰੀ ਨੂੰ ਬਚਾਉਣ ਵਾਸਤੇ ਤੇ ਤੁਹਾਡੇ ਸਕੂਲ ਸ ਬਹੁਤ ਅੱਛਾ ਲੱਗ ਰਿਹਾ ਹੈ 36 ਪਾਰਟਿਸਪੈਂਟ ਸੀਗੇ ਟੋਟਲ ਟੋਟਲ 39 ਪਾਰਟਿਸਪੈਂਟ ਸੀਗੇ ਮੋਗਾ ਤੇ ਲੁਧਿਆਣਾ ਡਿਸਟ੍ਰਿਕਟ ਦੇ ਤੇ 10% ਆਫ ਦਾ ਟੋਟਲ ਪਾਰਟਿਸਪੇਸ਼ਨ ਬੱਚੇ ਅੱਗੇ ਜਾਂਦੇ ਆ ਤੇ ਆਮ ਵੈਰੀ ਫੋਰਚੂਨੇਟ ਕਿ ਮੇਰੇ ਸਕੂਲ ਦਾ ਮਾਡਲ ਜਿਹੜਾ ਹੈ ਅੱਗੇ ਲਈ ਸਿਲੈਕਟ ਹੋਇਆ ਤੇ ਮੈਂ ਬੱਚਿਆਂ ਨੂੰ ਉਹਨਾਂ ਦੇ ਅਧਿਆਪਕ ਨੂੰ ਵਧਾਈ ਦਿੰਦੀ ਆ ਮੈਡਮ ਇਹ ਕੰਦਸਿਆ ਸੀ ਕਿ ਜਾਇ ਸਾਇੰਸ ਟੀਚਰ ਨੇ ਇਹ ਬੱਚੇ ਦੱਸੇ ਵੀ ਅਸੀਂ ਆ ਪ੍ਰਾਲੀ ਨੂੰ ਬਚਾਉਣ ਵਾਸਤੇ ਸੀ ਬਣਾਣਾ ਮਾਡਲ ਕਿ ਵੈਸੀ ਆਪਣਾ ਤਿਆਰ ਕਰਕੇ ਦੰਦ ਸੀ ਆਗੇ ਤੇ ਤਿਆਰ ਕਰਕੇ ਨਹੀਂ ਰੈਗੂਲਰਲੀ ਡਿਸਕਸ਼ਨਸ ਹੁੰਦੀਆਂ ਰਹਿੰਦੀਆਂ ਕਿਉਂਕਿ ਮੈਂ ਪਹਿਲੇ ਤੋਂ ਸਾਇੰਸ ਦੇ ਪ੍ਰੋਜੈਕਟਸ ਦੇ ਨਾਲ ਜੁੜੀ ਹੋਈ ਆ ਅਸੀਂ ਹਮੇਸ਼ਾ ਕਰੰਟ ਟਾਪਿਕ ਲਈਦਾ ਹੈ ਤਾਂ ਕਿ ਜਿਹੜੀ ਸੁਸਾਇਟੀ ਦੇ ਵਿੱਚ ਅਵੇਅਰਨੈਸ ਵੀ ਨਾਲ ਹੀ ਕੀਤੀ ਜਾ ਸਕੇ ਜਿਹੜਾ ਅਸੀਂ ਮਾਡਲ ਬਣਾਇਆ ਇੱਕ ਮਾਡਲ ਨਾਲ ਰਹਿ ਕੇ ਸੁਸਾਇਟੀ ਦੇ ਵਿੱਚ ਯੂਸਫੁਲ ਹੋ ਸਕੇ ਤੋਂ ਇਹਨਾਂ ਲੁਧਿਆਣਾ ਯੂਨੀਵਰਸਿਟੀ ਦਾ ਸਰਕਾਰੀ ਸੀਨੀਅਰ ਸੈਂਡੀ ਸਮਾਰਟ ਸਕੂਲ ਲੁਧਿਆਣਾ ਵਿੱਚ ਹੈਗਾ ਉਸਦੇ ਪ੍ਰਿੰਸੀਪਲ ਜਿਨ੍ਹਾਂ ਨੇ ਦੱਸਿਆ ਵੀ ਜਿਹੜਾ ਉਹਨਾਂ ਦਾ ਬੱਚਾ ਹੈਗਾ ਕਾਫੀ ਮਿਹਨਤ ਕੀਤੀ ਆ ਔਰ ਵੱਡੇ ਜਿਹੇ ਨਿੱਜੀ ਸਕੂਲ ਵੱਡੇ ਜਿਹੇ ਸਕੂਲ ਹੁੰਦੇ ਆ ਉਹਨਾਂ ਚ ਇਹ ਮਾਡਲ ਹਾਇ-ਟੈਕ ਤਿਆਰ ਨਹੀਂ ਕੀਤਾ ਗਿਆ ਜਦਕਿ ਬੜੀ ਫੀਸਾਂ ਦਿੰਦੇ ਆ ਉੱਥੇ ਬੜੇ ਅچھے ਉਹਨਾਂ ਦੇ ਸਰਸਿਸ ਹੁੰਦੇ ਆ ਲੇਕਿਨ ਸਰਕਾਰੀ ਸਕੂਲ ਦੇ ਵਿੱਚ ਪੰਜਾਬ ਸਰਕਾਰ ਦੇ ਸਰਕਾਰੀ ਸਕੂਲ ਦੇ ਵਿੱਚ ਔਰ ਸਰਕਾਰੀ ਸਕੂਲ ਦੇ ਵਿੱਚ ਇੱਕ ਵਿਦਿਆਰਥੀ ਦਸਵੀਂ ਵਿਦਿਆਰਥੀ ਨੇ ਉਸ ਮਾਡਲ ਨੂੰ ਜਾਨਕੀ ਪੰਜਾਬ ਸਰਕਾਰ ਵਾਲਾ ਜਿਹੜਾ ਪ੍ਰਾਲੀ ਨੂੰ ਬਚਾਉਣ ਵਾਸਤੇ ਜਿਹੜਾ ਉਹ ਪ੍ਰਾਲਾ ਕੀਤਾ ਗਿਆ ਪਹਿਲ ਕਦਮੀ ਕੀਤੀ ਗਈ ਹੈ ਉਸ ਦਾ ਮਾਡਲ ਤਿਆਰ ਕਰਕੇ ਆਪਣਾ ਨਾਮ ਔਰ ਆਪਣੇ ਸਕੂਲ ਦਾ ਨਾਮ ਨੇ ਰੋਸ਼ਨ ਕੀਤਾ ਹੈ ਔਰ ਪ੍ਰਾਲੀ ਨੂੰ ਬਚਾਉਣ ਵਾਸਤੇ ਆਪਣਾ ਇਸ ਸਕੂਲ ਅਤੇ ਆਪਨਾ ਵਿਦਿਆਰਥੀ ਨੇ ਯੋਗਦਾਨ ਦਿੱਤਾ ਹੈ ਸਰਕਾਰ ਨੂੰ ਵੀ ਅਸੀਂ ਵੀ ਪ੍ਰਾਲੀ ਨੂੰ ਬਚਾਉਣ ਵਾਸਤੇ ਅਸੀਂ ਆਪਣਾ ਯੋਗਦਾਨ ਦਿੰਨੇ ਆਂ ਔਰ ਪ੍ਰਾਲੀ ਨੂੰ ਜਲਾਣ ਨਹੀਂ ਪ੍ਰਾਲੀ ਨੂੰ ਬਚਾਉਣ ਵਾਸਤੇ ਔਰ ਇਸ ਦਾ ਸਹੀ ਉਪਯੋਗ ਕਰਨ ਵਾਸਤੇ ਅਸੀਂ ਅੱਗੇ ਹੈਗੇ ਆਂ ਔਰ ਇਸ ਜਿਹੜੀ ਵਰਤੋਂ ਹੈਗੀ ਆ ਉਹ ਇੱਕ ਤੰਨ ਯਾਨੀ ਕਿ ਪ੍ਰਾਲੀ ਨੂੰ ਤੰਨ ਬਣਾਇਆ ਗਿਆ ਹੈਗਾ ਔਰ ਇਸ ਨੂੰ ਜਿਹੜਾ ਇਸ ਟਾਈਮ ਪੰਜਾਬ ਤੋਂ ਕੇਰਲਾ ਦੇ ਵਿੱਚ ਜਿਹੜੀ ਨਿਰਯਾਤ ਵੀ ਕਰਦੀ ਹੈਗੀ ਆ ਔਰ ਇਸ ਤੋਂ ਪੈਸੇ ਜਿਹੜੀ ਕਿਸਾਨਾਂ ਨੂੰ ਆਮਦਨ ਹੋਗੀ ਤੋਂ ਇਹ ਲੁਧਿਆਣਾ ਦੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਸਰਕਾਰੀ ਸਕੂਲ ਦਾ ਇੱਕ ਵਿਦਿਆਰਥੀ ਸੀ ਮਹਿਪ੍ਰੀਤ ਸਿੰਘ ਜਿਨੇ ਇੱਕ ਪ੍ਰਾਣੀ ਨੂੰ ਬਚਾਉਣ ਵਾਸਤੇ ਇੱਕ ਮਾਡਲ ਤਿਆਰ ਕੀਤਾ ਜਿਹੜਾ ਕਿ ਸਟੇਟ ਲੈਵਲ ਤੇ ਵੀ ਸਿਲੈਕਟ ਹੋ ਗਿਆ ਹੈ ਕੈਮਾ ਮੈਂ ਸਨੀਮ ਰੋਤੜੇ ਦਾ ਸੰਦੀਪ ਸ਼ਰਮਾ ਡੈਨੀਸ ਰਾਟੀ ਵੀ